ਹਾਸ਼ਮ ਫਤਿਹ ਨਸੀਬ ਤਿਨਾ ਦੇ ਜਿਨ੍ਹਾਂ ਹਿੰਮਤ ਚਾਰ ਬਣਾਈ। ਇਹੋ ਜਿਹੀ ਇੱਕ ਮਿਸਾਲ ਜ਼ਿਲ੍ਹਾ ਜਲੰਧਰ ਦੇ ਰਾਮਾ ਮੰਡੀ ਦੇ ਨਜ਼ਦੀਕ ਪਿੰਡ ਨੰਗਲ ਸ਼ਾਮਾ ਵਿਖੇ ਵੇਖਣ ਨੂੰ ਮਿਲਦੀ ਹੈ। ਇੱਥੇ ਇੱਕ ਬਹੁਤ ਹੀ ਗਰੀਬ ਅਤੇ ਲੋੜਵੰਦ ਪਰਿਵਾਰ ਹੈ, ਜਿਸ ਦੀਆਂ ਤਿੰਨ ਬਹੁਤ ਹੀ ਛੋਟੇ ਕੱਦ ਵਾਲੀਆਂ ਲੜਕੀਆਂ ਹਨ ਜੋ ਚੱਲਣ ਫਿਰਨ ਵਿੱਚ ਵੀ ਅਸਮਰੱਥ ਹਨ। ਤਿੰਨੋਂ ਲੜਕੀਆਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਨੰਗਲ ਸ਼ਾਮਾ ਹੁਸ਼ਿਆਰਪੁਰ ਰੋਡ 'ਤੇ ਫੜੀ ਲਗਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੀਆਂ ਹਨ। ਖਾਸ ਤੌਰ 'ਤੇ ਦੱਸਣਯੋਗ ਇਹ ਹੈ ਕਿ ਇਹਨਾਂ ਤਿੰਨਾਂ ਭੈਣਾਂ ਦੇ ਸਿਰ 'ਤੇ ਪਿਤਾ ਦਾ ਸਾਇਆ ਵੀ ਨਹੀਂ ਹੈ। ਇਹਨਾਂ ਮਿਹਨਤਕਸ਼ ਬੱਚੀਆਂ ਨੂੰ ਸਰਦੀ ਗਰਮੀ ਅਤੇ ਮੀਂਹ ਦੇ ਮੌਸਮ ਵਿੱਚ ਆਪਣੀ ਚੱਲਦੀ ਫਿਰਦੀ ਦੁਕਾਨ ਕਰਨ ਅਤੇ ਫੜੀ ਲਗਾਉਣ ਵਿੱਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਸੇਵੀ ਰਿਟਾਇਰਡ ਸਬ ਇੰਸਪੈਕਟਰ ਜਗਦੀਸ਼ ਲਾਲ, ਸਮਾਜ ਸੇਵੀ ਦਿਲਵਾਗ ਰਾਏ ਪਰਸਰਾਮਪੁਰ ਅਤੇ ਹੋਪ ਹੋਸਪਿਟਲ ਲੱਦੇਵਾਲੀ ਤੋਂ ਡਾਕਟਰ ਮਨਪ੍ਰੀਤ ਕੌਰ ਵੱਲੋਂ ਸਮੁੱਚੇ ਦਾਨੀ ਸੱਜਣਾਂ ਨੂੰ ਏਕਤਾ ਟੀਵੀ ਦੇ ਮਾਧਿਅਮ ਰਾਹੀਂ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਹਨਾਂ ਮਿਹਨਤਕਸ਼ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ, ਜਿਨ੍ਹਾਂ ਦੇ ਨੰਬਰ ਡਿਸਪਲੇ ਉੱਤੇ ਰਿਲੀਜ਼ ਕੀਤੇ ਹਨ ਔਰ ਇਹਨਾਂ ਦਾ ਅਕਾਊਂਟ ਵੀ ਡਿਸਪਲੇ ਉੱਪਰ ਚੱਲ ਰਿਹਾ ਹੈ। ਇਹਨਾਂ ਦੀ ਸਿੱਧੇ ਤੌਰ 'ਤੇ ਮਦਦ ਕੀਤੀ ਜਾ ਸਕੇ ਤਾਂ ਜੋ ਇਹੋ ਜਿਹੇ ਮਿਹਨਤਕਸ਼ ਔਰ ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ। ਆਓ ਗੱਲਬਾਤ ਕਰਦੇ ਹਾਂ ਇਸ ਪੀੜਤ ਪਰਿਵਾਰ ਦੇ ਨਾਲ, ਇਹ ਆਪਣਾ ਕਿੱਦਾਂ ਗੁਜ਼ਰ ਕਰਦੇ ਹਨ। ਜਲੰਧਰ ਤੋਂ ਜਸਵਿੰਦਰ ਬਲ ਦੇ ਨਾਲ ਬਲਵੀਰ ਬੈਂਸ ਦੀ ਵਿਸ਼ੇਸ਼ ਰਿਪੋਰਟ। ਕੀ ਨਾਮ ਤੁਹਾਡਾ? ਹਾਂਜੀ, ਮੇਰਾ ਨਾਮ ਵੀਨਾ ਹੈ, ਮੈਂ 33 ਸਾਲ ਦੀ ਹਾਂ। ਮੇਰਾ ਪਿੰਡ ਨੰਗਲ ਸ਼ਾਮਾ ਰਾਮਾ ਮੰਡੀ ਦੇ ਕੋਲ, ਅਤੇ ਅਸੀਂ ਜਿੱਦਾਂ ਫੈਮਿਲੀ ਵਿੱਚ ਚਾਰ ਸਿਸਟਰ ਹਾਂ, ਮੰਮੀ ਹਾਂ ਔਰ ਇਹ ਸਿਸਟਰ ਦੋਨੋਂ ਹੈਂਡੀਕੈਪ ਆ, ਇਹ ਚੱਲ ਫਿਰ ਨਹੀਂ ਸਕਦੇ ਔਰ ਇਹਨਾਂ ਦੀ ਜਿੱਦਾਂ ਕੇਅਰ ਜ਼ਿਆਦਾ ਮੰਮੀ ਕਰਦੇ ਆ, ਇਹਨਾਂ ਨੂੰ ਚੁੱਕਣਾ ਵਗੈਰਾ। ਵੈਸੇ ਪੜ੍ਹੇ ਹੈਗੇ ਆ, ਇਹ 8 ਪੜ੍ਹੇ ਆ, ਇਹ 10 ਪੜ੍ਹੇ ਆ, ਮੈਂ ਵੀ 10 ਪੜ੍ਹੀ ਹਾਂ। ਅਤੇ ਅਸੀਂ ਆਪਣਾ ਜਿੱਦਾਂ ਆਪ ਹੀ ਗੁਜ਼ਾਰਾ ਕਰਦੇ ਹਾਂ, ਸਾਡੇ ਕੋਲ ਕੋਈ ਇਨਕਮ ਦਾ ਸੋਰਸ ਵਗੈਰਾ ਨਹੀਂ ਆ। ਅਸੀਂ ਆਪਣਾ ਰੋਟੀ ਪਾਣੀ ਦਾ, ਘਰ ਦਾ ਖਰਚਾ ਸਾਰਾ ਆਪ ਹੀ ਮਿਹਨਤ ਕਰਕੇ ਕਰਦੇ ਹਾਂ। ਤੁਸੀਂ ਕੀ ਕੰਮ ਕਰਦੇ ਹੋ ਭੈਣ ਜੀ? ਅਸੀਂ ਤਾਂ ਹੁਣ ਫੁੱਟਪਾਥ 'ਤੇ ਲਗਾਉਂਦੇ ਹਾਂ ਕੋਸਮੈਟਿਕ ਦਾ ਸਮਾਨ, ਜਿੱਦਾਂ ਫੜੀ ਲਗਾ ਕੇ ਬੈਠਦੇ ਹਾਂ। ਇਹ ਮੇਰੀ ਸਿਸਟਰ ਮੇਰੇ ਨਾਲ ਜਾਂਦੇ ਆ, ਅਸੀਂ ਦੋਨੋਂ ਉੱਥੇ ਸਮਾਨ ਸੇਲ ਕਰਦੇ ਹਾਂ ਔਰ ਇਹ ਸਿਸਟਰ ਬੁਟੀਕ 'ਤੇ ਤਰਪਾਈਆਂ ਕਰਦੇ ਆ। ਜਿੰਨਾ ਕੁ ਤੁਹਾਡੀ ਇਨਕਮ ਹੁੰਦੀ ਉਹਨਾਂ ਤੁਹਾਡਾ ਰੋਟੀ ਪਾਣੀ ਚੱਲਦਾ? ਬਹੁਤ ਮੁਸ਼ਕਿਲ ਆ, ਚੱਲਦਾ ਤਾਂ ਨਹੀਂ ਆ ਪਰ ਔਖੇ ਸੌਖੇ ਗੁਜ਼ਾਰਾ ਕਰਦੇ ਹਾਂ। ਅਤੇ ਥੋੜ੍ਹਾ ਨਾਲ ਮੰਮੀ ਸਟੀਚਿੰਗ ਦਾ ਥੋੜ੍ਹਾ ਬਹੁਤਾ ਕਰਦੇ ਆ, ਬਹੁਤਾ ਜ਼ਿਆਦਾ ਮੰਮੀ ਕੋਲੋਂ ਵੀ ਨਹੀਂ ਹੁੰਦਾ ਕਿਉਂਕਿ ਮੰਮੀ ਦੇ ਹੁਣ ਗੋਡੇ ਦੁਖਦੇ ਆ। ਇਹਨਾਂ ਕੋਲੋਂ ਜਿੱਦਾਂ ਮਸ਼ੀਨ ਵੀ ਮੁਸ਼ਕਿਲ ਹੀ ਚੱਲਦੀ, ਜ਼ਿਆਦਾ ਦੇਰ ਬੈਠਿਆ ਨਹੀਂ ਜਾਂਦਾ ਪਰ ਫਿਰ ਵੀ ਗੁਜ਼ਾਰਾ ਕਰਦੇ ਹਾਂ। ਜਿੱਦਾਂ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਪਿਤਾ ਜੀ ਜਾਂ ਤੁਹਾਡੇ ਕੋਈ ਭਰਾ ਹੋਰ ਨਹੀਂ? ਨਹੀਂ, ਕੋਈ ਨਹੀਂ ਹੈਗਾ। ਪਿਤਾ ਜੀ ਮੇਰੇ ਨੂੰ ਤਾਂ ਐਕਸਪਾਇਰ ਹੋਇਆ ਨੂੰ 27 ਸਾਲ ਹੋ ਗਏ ਆ, ਤਾਂ ਬ੍ਰਦਰ ਸਾਡਾ ਹੈ ਨਹੀਂ ਕੋਈ, ਅਸੀਂ ਬਸ ਭੈਣਾਂ ਹੀ ਹਾਂ। ਕੋਈ ਸੰਸਥਾ ਨਹੀਂ ਆਈ ਕੋਈ ਤੁਹਾਡੀ ਮਦਦ ਕਰਨ ਲਈ ਜਾਂ ਕੋਈ ਲੋਕ? ਨਹੀਂ ਜੀ, ਇੱਦਾਂ ਦਾ ਤਾਂ ਕੁਛ ਨਹੀਂ ਸਾਡੇ ਹਜੇ ਤੱਕ ਪਹੁੰਚੇ ਸਾਡੇ ਤੱਕ। ਮਤਲਬ ਜਿੱਦਾਂ ਥੋੜ੍ਹਾ ਮੇਰਾ ਪਿੱਛੇ ਜੇ ਬੇਟਾ ਬਿਮਾਰ ਹੋ ਗਿਆ ਸੀ ਉਦੋਂ ਇੱਕ ਐਨ ਜੀ ਓ ਵਾਲੇ ਨੇ, ਪਰ ਉਹ ਵੀ ਜਿੱਦਾਂ ਹੋਸਪਿਟਲ 'ਚ ਹੀ ਖਰਚਾ ਵਗੈਰਾ ਕੀਤਾ ਸੀ ਜੋ ਉੱਥੇ, ਉੱਦਾਂ ਸਾਡੀ ਕੋਈ ਇੱਦਾਂ ਹੈਲਪ ਨਹੀਂ ਆ। ਤੁਸੀਂ ਜਿੱਦਾਂ ਬਾਹਰ ਫੜੀ ਲਾ ਕੇ ਸਮਾਨ ਵੇਚਦੇ ਹੋ, ਉਹਦੇ ਵਿੱਚ ਕੋਈ ਮੁਸ਼ਕਿਲਾਂ ਵੀ ਆਉਂਦੀਆਂ ਹੋਣੀਆਂ ਤੁਹਾਨੂੰ? ਮੁਸ਼ਕਿਲਾਂ ਹਾਂਜੀ, ਜਿੱਦਾਂ ਹੁਣ ਮੌਸਮ ਚੇਂਜ ਹੁੰਦਾ ਨਾ, ਫਿਰ ਹੁਣ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ। ਜਿੱਦਾਂ ਸਾਨੂੰ ਬਹੁਤ ਜ਼ਿਆਦਾ ਜਲਦੀ ਸਮਾਨ ਇਕੱਠਾ ਕਰਨਾ ਪੈਂਦਾ ਕਿਉਂਕਿ ਸੇਲ ਦਾ ਟਾਈਮ ਜਿੱਦਾਂ 7-8 ਵਜੇ ਤੱਕ ਕਸਟਮਰ ਹੁੰਦੇ ਪਰ ਸਾਨੂੰ 5:30-6 ਵਜੇ ਇਕੱਠਾ ਕਰਨਾ ਪੈਂਦਾ। ਧੁੰਦ ਪੈ ਜਾਂਦੀ, ਸਾਡਾ ਸਮਾਨ ਗਿੱਲਾ ਹੋ ਜਾਂਦਾ, ਖਰਾਬ ਹੁੰਦਾ, ਅਤੇ ਸਵੇਰੇ ਵੀ ਧੁੰਦ ਉਤਰਨ ਤੱਕ ਆਪਾਂ ਵੇਟ ਕਰਦੇ ਹਾਂ, ਲੇਟ ਹੀ ਲਗਾਉਂਦੇ ਹਾਂ, ਅਤੇ ਮੌਸਮ ਦੇ ਕਰਕੇ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਆ। ਫਿਰ ਸਾਨੂੰ ਸਮਾਨ ਚੱਕਣਾ ਲੱਗਣਾ ਵੀ ਬੜਾ ਮੁਸ਼ਕਿਲ ਲੱਗਦਾ ਕਿਉਂਕਿ ਮੇਰੇ ਵੀ ਲੱਤਾਂ ਵਿੱਚ ਰਾਡਸ ਪਏ ਹੋਏ, ਮੈਂ ਜਿੱਦਾਂ ਇਹਨਾਂ ਸਿਸਟਰ ਦੀ ਤਰ੍ਹਾਂ ਹੀ ਸੀ ਬਿਲਕੁਲ, ਅਤੇ ਮੇਰੇ ਰਾਡਸ ਪਏ ਹੋਏ, ਓਪਰੇਸ਼ਨ ਹੋਏ 7-8, ਫਿਰ ਉਹਦੇ ਕਰਕੇ ਵੀ ਜਿੱਦਾਂ ਮੈਨੂੰ ਜ਼ਿਆਦਾ ਵਜ਼ਨ ਚੱਕਣਾ ਮੁਸ਼ਕਿਲ ਲੱਗਦਾ ਆ। ਅਤੇ ਜਿੱਦਾਂ ਹੁਣ ਇਹ ਦੋਨਾਂ ਦੀਆਂ ਲੱਤਾਂ ਬਿਲਕੁਲ ਨਹੀਂ ਕੰਮ ਕਰਦੀਆਂ, ਫਿਰ ਇਹਨਾਂ ਨੂੰ ਕਿੱਦਾਂ ਲਿਜਾਂਦੇ ਲਿਆਉਂਦੇ ਹੋ ਤੁਸੀਂ? ਇਹਨਾਂ ਨੂੰ ਜਿੱਦਾਂ ਟ੍ਰਾਈਸਾਈਕਲ ਆ ਸਾਡੇ ਕੋਲ ਬੈਟਰੀ ਵਾਲੇ, ਉਹਦੇ 'ਤੇ ਹੀ ਜਾਂਦੇ ਆ, ਮੰਮੀ ਚੱਕ ਕੇ ਬਿਠਾਉਂਦੇ, ਆਪਣੇ ਆਪ ਚੜ੍ਹ ਨਹੀਂ ਸਕਦੇ ਉਹਨਾਂ 'ਤੇ, ਜਿੱਦਾਂ ਮੰਮੀ ਚੱਕ ਕੇ ਬਿਠਾਉਂਦੇ ਆ ਫਿਰ ਆ ਜਾਂਦੇ, ਚੱਕ ਕੇ ਉਤਾਰਦੇ ਆ, ਉੱਥੇ ਜਾ ਕੇ ਵੀ ਛੱਡ ਕੇ ਆਉਂਦੇ ਮੰਮੀ ਨਾਲ, ਫਿਰ ਉਤਾਰ ਕੇ ਆਉਂਦੇ ਆ। ਅਤੇ ਇਹ ਸਿਸਟਮ ਇਹਨਾਂ ਦੇ ਮੈਡਮ ਉਤਾਰ ਦਿੰਦੇ ਆ ਜਿੱਥੇ ਜਾਂਦੇ ਬੁਟੀਕ 'ਤੇ, ਫਿਰ ਉਹੀ ਇਹਨਾਂ ਨੂੰ ਚੜ੍ਹਾਉਂਦੇ ਆ ਆਉਣ ਵੇਲੇ।
सारा आप ही करना पैंदा इदां। हाँ जी, की नाम है जी तुहाडा? हाँ जी, मेरा नाम जसविंदर कौर है। मेरिया ये चार बेटियां हैं। इन्हां दे पापा है नहीं, पापा एक्सपायर हो गए, उन्हां नूं 27 साल हो गए। कि उन्हां दे हुंदिया चलो इदां बच्चियां सी, रल मिल के सी करी जांदे सी। हुण मैनूं पल्लियां बाद विच जिन्हां दे कहिंदे हुंदे आ सिर दा साई चले जावे, बच्चियां दा प्यो दा छाया उठ जावे, उन्हां किन्नी मगर मुश्किल हुंदी आ। उह तां हुण मैनूं पता, मैं जिद्दां इन्हां नूं पालिया निक्कियां निक्कियां नूं, इन्हां दे अंग पैर भी इदां दे सी। मैं बहुत मुश्किल नाले मेहनतां कीतियां, नाले मैं इन्हां नूं पालिया, इन्हां नूं पढ़ाया, इन्हां नूं चुक चुक के लिजांदी रही स्कूल, ते इन्नियां वड्डियां कीतियां, इन्हां नूं 10-10 करवा दित्तियां क्लासां। पर हुण मेरे च नहीं इन्नी हिम्मत हैगी, हुण मैं इन्ना कर नहीं सकदी। मेरा भी शरीर जवाब दे जांदा है। ते चलो ये हुण बच्चे अपना माड़ा मोटा काम करन लग पए आ, ते जाण लग पईआं उत्थे पढ़ी लाउणियां आ। थोड़ी बहुत जिन्ना कि इन्हां दी इनकम हुंदी उह अपना समान ही बच्चे हजे पाउंदियां, घर दा एडा नहीं हुंदा खर्चा। चलो माड़ा मोटा सरी जांदा। मैं भी थोड़ा बहुत करदी हाँ सिलाई का, तो कुछ वड्डी बेटी थोड़ा बहुत करती है, तो चलो रल मिल के इदा गुजारा हो जाता है। हाँ जी, नाम जी आप जी का? हाँ जी, मेरा नाम डॉक्टर मनप्रीत कौर है जी। थोड़ा इन्हों के नाल कि मेल मिलाप हो? मैं अपने मदर नाल रामा मंडी शॉप जा रही थी शॉपिंग करन, तो मैं जो वापस आई तो मैं इन्हों देखा सी, तो इन्हों फिर मैं गलबात की उत्थे, तो मैं इन्हों अपना कॉन्टैक्ट नंबर भी शेयर किया, तो इन्हों का भी मैं लिया आ। तो उस तो बाद मैं 2-3 बार इन्हों फोन पर भी गल की है कि मैं इन्होंने यह कहा कि अगर तुम किसी भी हैल्प की लड़ है तो तुम मैनू दसना आ। मेरे वालों मेडिसन जी इन्हों फ्री ट्रीटमेंट होगा, सारा फ्री ट्रीटमेंट होगा, और 3-4 बार मेरे विजिट भी किया इन्होंने क्लीनिक पर, और मैं अपने वालों हैल्प भी की है इन्हों की। मैसेज देना चाहते हो? मैं यही मैसेज सबनों देना चाहती हाँ कि वो तो वो इन्हों की हैल्प की जाए, तो जो कि अपने रोटी पानी का अपना साधन कर सके। सारी समूह संगत को मेरे वालों नमस्कार। मैं असी अज पिंड नंगल शामा बच्चे आए हैं। सानू पता लगा कि असी जगदीश जी, मनप्रीत जी, डॉक्टर साहब जी, दिलबाग राय जी, सानू कितों बाहरों पता लगा कि असी अज पिंड नंगल शामा बच्चे आए हैं। 3 बच्चियां आ जिन्हों का कोई भी उपराला नहीं है, क्योंकि देखो नहीं तो अजक देख रहे जो चंगे चंगे बंदे आ वह भीख मंगते हैं। ये 3 लड़कियां यह जी आ जिड़ियाँ अपना हजे भी चल फिर भी नहीं सकदियाँ, फिर भी वो अपना जोड़ा कम कर दया और फुटपाथ बैठ के कम कर दया। गर्मी के मीह के उन्होंने बड़ी तंगी आती है। असी सारी संगत को निम्रता सहित बेनती करते हैं कि इन्हों की जिनी भी वध तो वध हो सके वो तुम वध करने की कोशिश करो, ता कोई ये अपना, क्योंकि घर के ना इन्हों का कोई भरा आ, ना इन्हों का पे आ, माँ आ वो भी 60 तो उपर उम्र हो चुकी है, वह भी अपना जोड़ा कम नहीं कर सकते। इस करके अं सारू निम्रता सहित फिर बेनती करते हैं कि इन्हों की जिनी वध तो वध सेवा हो सके, इन्हों की जिनी भी मदद हो सके उन्नी मदद की जाए, ता कि अपने घर के वधिया तरीके रोटी पानी खा सकन। इन्ना मैं कहता हुआ सारे का, और इन्हों का अकाउंट नंबर अं दे रहे हैं जिन्हों भी जेडे योजे लोग आ सेवा करनी चाहते हैं, वो इन्हों के अकाउंट के सीधा अपना पैसा पा सकते हैं। तो निम्रता सहित बेनती सारी संगत को बेनती है कि इन्हों की वो तो वो सेवा की जाए, और असी सारे का बड़ा धन्यवाद करते हैं। धन गुरदेव जी, जय गुरदेव।